ਬਜਾਓ 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 ਮੇਰਾ ਵੀਰ, ਆ ਟਰੈਕਟਰ ਬਜਾਓ, ਆ ਟਰੈਕਟਰ ਦੀ ਟੈਂਸ਼ਨ ਨੂੰ ਵੇਖਣਾ, ਟੈਂਸ਼ਨ ਨੂੰ ਲੱਗੀ ਹੋਈ ਅੱਗ, ਇੱਧਰ ਨਾ ਕਰ ਯਾਰ, ਇੱਧਰ ਨਾ ਕਰੋ, ਉਹ ਟਰੈਕਟਰ ਦੇ ਟਾਇਰ ਪਾੜ ਲੈਣੇ ਯਾਰ ਪਿਛਾਣਾ ਕਰਕੇ ਤੁਸੀਂ, ਸਿੱਧੀਆਂ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਜਿੱਥੇ ਬੇਹੱਦ ਵੱਡਾ ਹਾਦਸਾ ਹੋ ਗਿਆ ਏ। ਕਿਸਾਨਾਂ ਦੇ ਵੱਲੋਂ ਬਣਾਈਆਂ ਗਈਆਂ ਝੋਪੜੀਆਂ ਦੇ ਵਿੱਚ ਅੱਗ ਲੱਗ ਗਈ ਹੈ। ਤਸਵੀਰਾਂ ਸਿੱਧੀਆਂ ਸ਼ੰਭੂ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਝੋਪੜੀਆਂ ਨੂੰ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਹੈ ਤੇ ਅੱਗ 'ਤੇ ਕਾਬੂ ਪਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਟਰੈਕਟਰ ਵੀ ਇੱਕ ਲਪੇਟ ਦੇ ਵਿੱਚ ਆ ਗਿਆ ਹੈ ਸਕਦੇ। ਮੌਕੇ 'ਤੇ ਅਫੜਾ ਦਫੜੀ ਮੱਚ ਗਈ ਹੈ ਕਿਉਂਕਿ ਸਭ ਤੋਂ ਪਹਿਲਾਂ ਇੱਕ ਝੋਪੜੀ ਨੂੰ ਅੱਗ ਲੱਗਦੀ ਹੈ, ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਦੋ ਤੋਂ ਤਿੰਨ ਝੋਪੜੀਆਂ ਨੂੰ ਅੱਗ ਲੱਗ ਜਾਂਦੀ ਹੈ। ਨੇੜੇ ਤੇੜੇ ਜਿਹੜੀ ਤੂੜੀ ਦੇ ਨਾਲ ਬਣੀਆਂ ਹੋਈਆਂ ਝੋਪੜੀਆਂ ਸੀ ਜਿਸ ਦੇ ਉੱਤੇ ਤੂੜੀ ਪਈ ਸੀ ਤਾਂ ਹਲਕੀ ਜਿਹੀ ਅੱਗ ਲੱਗੀ, ਜਿਸ ਤੋਂ ਬਾਅਦ ਅੱਗ ਇੰਨੀ ਫੈਲ ਗਈ ਕਿ ਫਾਇਰ ਬ੍ਰਿਗੇਡ ਨੂੰ ਸੱਦਣਾ ਪਿਆ। ਦੇਖ ਸਕਦੇ ਹੋ ਕਿ ਕਿਵੇਂ ਕਿਸਾਨ ਇਕੱਠੇ ਹੋ ਕੇ ਜਿਵੇਂ ਹਰ ਔਂਕੜ ਦਾ ਸਾਹਮਣਾ ਹੁਣ ਤੱਕ ਕਰਦੇ ਆਏ ਨੇ, ਅੱਜ ਵੀ ਉਸੇ ਤਰੀਕੇ ਦੇ ਨਾਲ ਇਕੱਠ ਦੇਖਣ ਨੂੰ ਮਿਲਿਆ ਏ। ਕਿਸਾਨਾਂ ਦਾ ਇਕੱਠੇ ਹੋ ਕੇ ਕਿਸਾਨ ਝੋਪੜੀ 'ਚ ਲੱਗੀ ਅੱਗ ਨੂੰ ਬੁਝਾ ਰਹੇ ਨੇ। ਤਾਂ ਦੋ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਵੀ ਮੌਕੇ 'ਤੇ ਮੌਜੂਦ ਸਨ। ਜਾਨੀ ਨੁਕਸਾਨ ਦੀ ਖਬਰ ਤਾਂ ਹੁਣ ਤੱਕ ਨਹੀਂ ਆਈ ਪਰ ਮਾਲੀ ਨੁਕਸਾਨ ਜ਼ਰੂਰ ਹੋ ਗਿਆ ਏ। ਝੋਪੜੀ ਦੇ ਅੰਦਰ ਪਿਆ ਸਮਾਨ ਪੂਰਾ ਸੜ ਕੇ ਸਵਾਹ ਹੋ ਗਿਆ ਅਤੇ ਝੋਪੜੀ ਦੇ ਨੇੜੇ ਖੜਿਆ ਇੱਕ ਟਰੈਕਟਰ ਜੋ ਕਿ ਇਸ ਅੱਗ ਦੀ ਲਪੇਟ 'ਚ ਆ ਗਿਆ ਅਤੇ ਉਸ ਦਾ ਵੀ ਕਾਫੀ ਨੁਕਸਾਨ ਹੋ ਗਿਆ ਏ। ਜਿਨ੍ਹਾਂ ਕਿਸਾਨਾਂ ਦੀਆਂ ਝੋਪੜੀਆਂ ਸਨ ਉਹਨਾਂ ਦੇ ਵਿੱਚ ਕਾਫੀ ਸਮਾਨ ਪਿਆ ਸੀ, ਕਿਸਾਨਾਂ ਦਾ ਕੱਪੜੇ ਪਏ ਸੀ, ਲੀੜੇ ਪਏ ਸੀ, ਹੋਰ ਵੀ ਕਈ ਜ਼ਰੂਰੀ ਸਮਾਨ ਸੀ। ਕਈ ਸਮਾਨ ਤਾਂ ਕੱਢ ਲਏ ਗਏ ਪਰ ਕੁਝ ਨੁਕਸਾਨ ਜਿਹੜਾ ਏ ਉਹ ਕਿਸਾਨਾਂ ਨੂੰ ਹੋਇਆ ਏ। ਤਾਂ ਤਸਵੀਰਾਂ ਦਿਖਾ ਰਹੇ ਹਾਂ, 4 ਤੋਂ 5 ਝੋਪੜੀਆਂ ਨੂੰ ਅੱਗ ਲੱਗ ਗਈ ਹੈ। ਲਗਾਤਾਰ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ 'ਤੇ ਧਰਨਾ ਦਿੱਤਾ ਜਾ ਰਿਹਾ ਏ। ਤਾਂ 13 ਫਰਵਰੀ 2024 ਤੋਂ ਲੈ ਕੇ ਅੱਜ 11 ਅਪ੍ਰੈਲ 2024 ਤਕਰੀਬਨ 2 ਮਹੀਨੇ ਹੋਣ ਵਾਲੇ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ 'ਤੇ ਧਰਨਾ ਦਿੱਤਿਆਂ। ਤਾਂ ਦੱਸ ਦਈਏ ਕਿ ਕਿਸਾਨਾਂ ਨੇ ਦਿੱਲੀ ਜਾ ਕੇ ਧਰਨਾ ਦੇਣਾ ਸੀ, ਸਰਕਾਰ ਦੇ ਵੱਲੋਂ ਰਾਹ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਤਾਂ ਕਿਸਾਨ ਆਗੂਆਂ ਨੇ ਇਹੀ ਫੈਸਲਾ ਲਿਆ ਕਿ ਸ਼ੰਭੂ ਬਾਰਡਰ 'ਤੇ ਬੈਠ ਕੇ ਉਹ ਆਪਣਾ ਧਰਨਾ ਪ੍ਰਦਰਸ਼ਨ ਕਰਨਗੇ। ਤਾਂ 2 ਮਹੀਨੇ ਤੋਂ ਇਹ ਰੋਡ ਬਲੌਕ ਹੈ, ਕਿਸਾਨ ਆਪਣਾ ਧਰਨਾ ਦੇ ਰਹੇ ਨੇ ਮੰਗਾਂ ਨੂੰ ਲੈ ਕੇ। ਜਿਹੜੀਆਂ ਮੰਗਾਂ ਪਹਿਲੀ ਕਿਸਾਨੀ ਅੰਦੋਲਨ 'ਚ ਸੀਗੀਆਂ ਅੱਜ ਵੀ ਉਹੀ ਮੰਗਾਂ ਨੇ। ਤਾਂ ਇਸੇ ਦੌਰਾਨ ਕਿਸਾਨਾਂ ਨੇ ਪੱਕੇ ਤੰਬੂ ਵੀ ਕੱਢ ਲਏ ਨੇ, ਉਹਨਾਂ ਦੇ ਵਿੱਚ ਅੱਜ ਅੱਗ ਲੱਗ ਗਈ। ਤਾਂ ਇਹ ਝੋਪੜੀਆਂ ਬਣਾਈਆਂ ਗਈਆਂ ਸੀ ਕਿਸਾਨਾਂ ਦੇ ਵੱਲੋਂ, ਦੇਖ ਸਕਦੇ ਹੋ ਕਿ ਅੱਡ ਅੱਡ ਤਰੀਕੇ ਦੀਆਂ ਇਹ ਝੋਪੜੀਆਂ ਬਣਾਈਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਅੱਗ ਲੱਗ ਗਈ ਹੈ। ਇਹ ਅਚਾਨਕ ਇੱਕੋ ਦਮ ਪਤਾ ਨਹੀਂ ਲੱਗਿਆ ਅੱਗ ਕਿੱਦਾਂ ਲੱਗੀ ਹੈ ਜੀ। ਤੁਰੰਤ ਜਦੋਂ ਅਸੀਂ ਦੇਖਿਆ ਸਾਡੇ ਕੋਲ ਬੰਦੇ ਗਏ ਨੇ ਉੱਥੇ, ਕਹਿੰਦੇ ਯਾਰ ਅੱਗ ਲੱਗ ਗਈ ਆ, ਤਾਂ ਅਸੀਂ ਗੱਡੀ ਲੈ ਕੇ ਆਏ, ਆ ਕੇ ਜਦੀ ਮੌਕੇ 'ਤੇ ਹੀ ਅੱਗ ਨੂੰ ਅੱਗ 'ਤੇ ਕਾਬੂ ਕੀਤਾ। ਅੱਗ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ, ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਵੀ ਇੱਕ ਟਰਾਲੀ ਸੜ ਗਈ ਹੈ, ਟਰਾਲੀ ਦੇ ਟਾਇਰ ਵਗੈਰਾ ਸੜ ਗਏ ਨੇ ਅਤੇ ਬਾਕੀ 2-3 ਇਹਨਾਂ ਦੇ ਤੰਬੂ ਸੀਗੇ ਉਹ ਸੜ ਗਏ। ਦੇਖੋ ਅਸੀਂ ਲਗਾਤਾਰ ਹੀ ਪ੍ਰਸ਼ਾਸਨ ਦੇ ਨਾ 1.5 ਮਹੀਨਾ ਹੋ ਗਿਆ ਸਾਨੂੰ ਇਹ ਗੱਲ ਰੱਖਦਿਆਂ ਨੂੰ ਵੀ ਇੱਥੇ ਮੋਰਚੇ ਦੇ ਉੱਤੇ ਜਿਹੜੇ ਬੰਦੇ ਹੁਣ ਟ੍ਰੇਨਡ ਨਹੀਂ ਗੇ ਸਾਡੇ ਆਮ ਕਿਸਾਨ ਆਏ ਆ ਉਹਨਾਂ ਨੂੰ ਸਮੱਸਿਆ ਆਉਣੀ ਆ, ਪਾਣੀ ਦੀ ਵੀ, ਬਿਜਲੀ ਦੀ ਵੀ ਆਉਣੀ ਆ। ਵੀ ਪ੍ਰਸ਼ਾਸਨ ਇੱਥੇ ਪ੍ਰਬੰਧ ਕਰੇ ਬਿਜਲੀ ਦਾ ਵੀ ਪਾਣੀ ਦਾ।
ਪਰ ਪ੍ਰਸ਼ਾਸਨ ਨੇ ਸਾਡੀ ਇੱਕ ਨਹੀਂ ਸੁਣੀ ਗੀ। ਅੱਜ 100 ਜੋੜ ਲੱਗੇ ਸੀ, ਕਿਤੇ ਪ੍ਰਸ਼ਾਸਨ ਲਾਇਆ ਗਿਆ ਸੀ, ਉੱਥੋਂ ਅੱਗ ਲੱਗੀ ਆ, ਜਿਹਦੇ ਤੋਂ ਅੱਗ ਚੱਲ ਕੇ ਬਾਅਦ ਵਿੱਚ ਸਾਡੀਆਂ ਚੌਵਾਂ ਪਿੰਡਾਂ ਦੇ ਜਿਹੜੇ ਸੀਗੇ ਭਾਰਤੀ ਕਿਸਾਨ ਕ੍ਰਾਂਤੀਕਾਰੀ ਦੇ ਝੁੱਗੀਆਂ ਉਹ ਸੜ ਗਈਆਂ, ਨਾਲ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਕ ਟੈਂਟ ਸੀ ਵੱਡਾ ਉਹ ਸੜ ਗਿਆ, ਕਿਸਾਨ ਯੂਨੀਅਨ ਪਟੇੜੀ ਦਾ ਇੱਕ ਟੈਂਟ ਸੀ ਉਹ ਸੜ ਗਿਆ, ਇੱਕ ਸਾਡਾ ਟਰਾਲਾ ਸੀਗਾ ਉੱਥੇ ਖੜ੍ਹਾ ਉਹ ਸੜ ਗਿਆ। ਆਹ ਟਰੈਕਟਰ ਤਾਂ ਹਾਲਤ ਤੁਹਾਡੇ ਸਾਹਮਣੇ ਆ, ਨਾ ਕਿਸ ਦੋ ਕਿਸ਼ਤਾਂ ਤਰੀਆਂ ਜਮ੍ਹਾਂ ਨਵਾਂ ਟਰੈਕਟਰ ਆ ਇਹ ਸੜ ਗਿਆ। ਬਾਕੀ ਜਿਹੜਾ ਬਚਾਅ ਵੀ ਹੋਇਆ ਉਹ ਬੜੇ ਜ਼ੋਰ ਨਾਲ ਤਕੜੇ ਹੋ ਕੇ ਲੋਕਾਂ ਨੇ ਬਚਾਇਆ, ਇੱਕ ਨਾਲ ਟਰਾਲਾ ਖੜ੍ਹਾ ਉਹਨੂੰ ਵੀ ਸੇਕ ਲੱਗ ਗਿਆ, ਉਹਦੀ ਤਰਪਾਲ ਸੜ ਗਈ, ਪਰ ਫਿਰ ਵੀ ਜਨਤਾ ਵੱਡੀ ਗਿਣਤੀ 'ਚ ਸੀਗੀ ਇੱਥੇ ਅਤੇ ਇਹਦਾ ਬਚਾਅ ਕਰ ਲਿਆ। ਸੋ ਇਹ ਅੱਜ ਦਾ ਜਿਹੜਾ ਅਸੀਂ ਜ਼ਿੰਮੇਵਾਰ ਜਿਹੜਾ ਅਸੀਂ ਉਹ ਪ੍ਰਸ਼ਾਸਨ ਨੂੰ ਸਮਝਦੇ ਹਾਂ, ਕਿਉਂਕਿ ਪ੍ਰਸ਼ਾਸਨ ਸ਼ਾਇਦ ਇਸ ਗੱਲ ਦੀ ਉਡੀਕ ਕਰ ਰਿਹਾ ਸੀ ਵੀ ਕੋਈ ਅੱਗ ਲੱਗੇ, ਕੋਈ ਨੁਕਸਾਨ ਹੋਵੇ ਤਾਂ ਫਿਰ ਪ੍ਰਬੰਧ ਕਰੀਏ, ਕਿਉਂਕਿ ਸਾਰੇ ਆਗੂ ਕਈ ਮੀਟਿੰਗਾਂ ਲੈ ਚੁੱਕੇ ਹਾਂ ਪ੍ਰਸ਼ਾਸਨ ਨਾਲ ਅਤੇ ਵਾਰ ਵਾਰ ਕਹਿ ਚੁੱਕੇ ਹਾਂ ਵੀ ਇੱਥੇ ਪ੍ਰਬੰਧ ਕਰੋ। ਇਹ ਜਿਹੜੀ ਧਰਨਾਕਾਰੀਆਂ ਨਾਲ ਨਫ਼ਰਤ ਆ ਲੋਕ ਇਹਨਾਂ ਕੁਰਸੀ 'ਤੇ ਬੈਠੇ ਲੋਕਾਂ ਦੀ, ਇਹ ਅੱਜ ਅੱਗ ਨਹੀਂ ਲੱਗੀ, ਉਸ ਨਫ਼ਰਤ ਦਾ ਪ੍ਰਗਟਾਵਾ ਹੋਇਆ ਵਾ। ਜਿਹੜਾ ਇੱਥੇ ਕਿਸਾਨਾਂ ਨਾਲ ਨਫ਼ਰਤ ਆ, ਜਿਹੜੇ ਧਰਨੇ 'ਤੇ ਬੈਠੇ, ਜਿਹੜੇ ਮੰਗਾਂ ਵਾਸਤੇ ਬੈਠੇ ਆ, ਇਹ ਉਹਨਾਂ ਦੀ ਜਿਹੜੀ ਰਾਜ ਸੱਤਾ ਦਾ ਸੁੱਖ ਮਾਣ ਰਹੇ ਲੋਕ ਆ ਉਹਨਾਂ ਦੀ ਨਫ਼ਰਤ ਦਾ ਪ੍ਰਗਟਾਵਾ। ਅੱਜ ਨਹੀਂ ਤਾਂ ਕੋਈ ਵੱਡਾ ਕੰਮ ਨਹੀਂ ਸੀਗਾ, ਇੱਥੇ ਕੇਬਲਾਂ ਪਾਈਆਂ ਜਾ ਸਕਦੀਆਂ ਸੀ, ਕਿਹੜੀ ਕੱਲ ਦੀ ਘਾਟ ਆ ਜੇ ਮੋਟੀਆਂ ਤਾਰਾਂ ਪਾਈਆਂ ਹੁੰਦੀਆਂ, ਕੇਬਲਾਂ ਪਾਈਆਂ ਹੁੰਦੀਆਂ ਅਤੇ ਟ੍ਰੇਨਡ ਬੰਦਿਆਂ ਤੋਂ ਜੋੜ ਲਵਾਏ ਹੁੰਦੇ, ਕਿੱਥੇ ਘਟਨਾ ਹੋਣੀ ਸੀ? ਸਰ ਜੀ ਫਾਇਰ ਬ੍ਰਿਗੇਡ ਆਈ ਸੀ ਮੌਕੇ 'ਤੇ। ਦੇਖੋ ਫਾਇਰ ਬ੍ਰਿਗੇਡ ਇੱਥੇ ਦੋ ਖੜੀਆਂ, ਇੱਕ ਇੱਧਰ ਖੜੀ ਸੀ, ਇੱਕ ਉੱਧਰ ਖੜੀ, ਜਿਹੜੀ 15 ਕਰਮਾਂ 'ਤੇ ਖੜੀ ਸੀਗੀ ਉਹ ਮੌਕੇ 'ਤੇ ਸਟਾਰਟ ਨਹੀਂ ਹੋਈ, ਉਹ ਸਟਾਰਟ ਹੋਈ ਲੇਟ ਜਾ ਕੇ ਜਦੋਂ ਤੱਕ ਸਾਡੇ ਟਰੈਕਟਰ ਦੇ ਤੱਕ ਆ ਪਹੁੰਚ ਚੁੱਕੀ ਸੀਗੀ। ਸੋ ਇਹ ਫਾਇਰ ਬ੍ਰਿਗੇਡ ਦਾ ਹੋਣਾ ਠੀਕ ਹੈ, ਚੰਗੀ ਗੱਲ ਖੜੀ ਸੀ, ਪਰ ਹੁਣ ਰੋਜ਼ ਸਟਾਰਟ ਤਾਂ ਕਰ ਲਿਆ ਕਰੋ, ਘੱਟੋ ਘੱਟ ਮੌਕੇ 'ਤੇ ਸਾਡੇ ਕੰਮ ਤਾਂ ਆ ਜੇ। ਫਿਰ ਜਦੋਂ ਸਾਡੇ ਬੰਦਿਆਂ ਨੇ ਆਪ ਕਾਬੂ ਪਾ ਲਿਆ ਉਦੋਂ ਜਾ ਕੇ ਫਾਇਰ ਬ੍ਰਿਗੇਡ ਆ ਚੱਲੀ ਆ। ਸਰ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ? ਵੀ ਸਰਕਾਰ ਨੂੰ ਸਿੱਧਾ ਦੇਖੋ, ਅਸੀਂ ਜਿਹੜਾ ਉਹ ਡਰਾਮਾ ਕਰਦੇ ਆ ਵੀ ਕਿਸਾਨ ਪੱਖੀ ਆ, ਅਸੀਂ ਤਾਂ ਕਿਸਾਨਾਂ ਦੇ ਹੱਕ 'ਚ ਖੜ੍ਹੇ ਹਾਂ, ਸਾਡਾ ਸਿੱਧਾ ਵਾ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਵੀ ਕੋਈ ਹੱਕ 'ਚ ਨਹੀਂ ਖੜ੍ਹੇ ਗਏ। ਸਾਨੂੰ 1.5-2 ਮਹੀਨੇ ਹੋ ਗਏ ਇਹ ਗੱਲਾਂ ਕਹਿੰਦਿਆਂ ਨੂੰ, ਮੰਗ ਰੱਖਦਿਆਂ ਨੂੰ ਵੀ ਬਿਜਲੀ ਦਾ ਪ੍ਰਬੰਧ ਕਰਕੇ ਦਿਓ, ਪਾਣੀ ਦਾ ਪ੍ਰਬੰਧ ਕਰਕੇ ਦਿਓ, ਕੋਈ ਪ੍ਰਬੰਧ ਨਹੀਂ, ਜਿੰਨੇ ਪ੍ਰਬੰਧ ਕੀਤੇ ਹੋਏ ਸਾਡੇ ਸਰਕਾਰਾਂ ਨੇ ਆਪ ਕੀਤੇ ਹੋਏ ਆ, ਪਾਣੀ ਦੇ ਪ੍ਰਬੰਧ ਵੀ ਆਪ ਕਰਦੇ ਆ, ਆਹ ਹੁਣ ਤੁਹਾਡੇ ਸਾਹਮਣੇ ਟੈਂਕਰ ਭਰ ਕੇ ਲੈ ਕੇ ਆਏ ਹਾਂ, ਇਸੇ ਤਰ੍ਹਾਂ ਬਿਜਲੀ ਦੇ ਜੋੜ ਵੀ ਜਿਹੜੇ ਆ ਉਹ ਅਸੀਂ ਆਪ ਲਾਏ ਹੋਏ ਆ। ਪ੍ਰਧਾਨ ਜੀ ਜੇ ਮਤਲਬ ਸਰਕਾਰ ਨਹੀਂ ਬਿਜਲੀ ਪਾਣੀ ਦਿੰਦੀ ਫਿਰ ਤੁਹਾਡਾ ਅਗਲਾ ਐਕਸ਼ਨ ਕੀ ਹੁੰਦਾ? ਦੇਖੋ ਅਗਲਾ ਐਕਸ਼ਨ ਸਾਡਾ ਵੈਸੇ ਤਾਂ ਸਾਰੀਆਂ ਜਥੇਬੰਦੀਆਂ ਨਾਲ ਵਿਚਾਰ ਕਰਕੇ ਆ, ਕਿਉਂਕਿ ਇਹ ਸਾਂਝਾ ਮੋਰਚਾ, ਇੱਥੇ ਇਕੱਲਾ ਕੋਈ ਮੈਂ ਬੋਲਦੇ ਹਾਂ, ਬ੍ਰਹਮਕੇ ਜੀ ਬੋਲਦੇ ਨੇ, ਮਲਕੀਤ ਜੀ ਬੋਲਦੇ, ਭਰੇਡੀ ਸਾਹਿਬ ਬੋਲਦੇ, ਇਹ ਠੀਕ ਨਹੀਂ।